ਗਲੀ 'ਚ ਖੇਡਦੇ ਮਾਸੂਮ ਬੱਚਿਆਂ ਨੂੰ ਕਿਡਨੈਪਰਾਂ ਵੱਲੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਬੱਚਿਆਂ ਨੂੰ ਕਿਡਨੈਪ ਕਰਨ ਦੇ ਵਿੱਚ ਕਿਡਨੈਪਰ ਅਸਫਲ ਰਹੇ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਸਵਿਫਟ ਕਾਰ ਦੇ ਪਿੱਛੇ ਕੁਝ ਲੋਕ ਭੱਜਦੇ ਨਜ਼ਰ ਆ ਰਹੇ ਨੇ ਤੇ ਸਥਾਨਕ ਲੋਕਾਂ ਨੇ ਕਿਡਨੈਪਰਾਂ ਦੇ ਮਗਰ ਆਪਣੀ ਗੱਡੀ ਵੀ ਲਗਾਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸਫੇਦ ਕਲਰ ਦੀ ਸਵਿਫਟ ਕਾਰ 'ਚ ਕੁਝ ਅਣਪਛਾਤੇ ਲੋਕ ਆਏ। ਉਹਨਾਂ ਨੇ ਪਹਿਲਾਂ ਇੱਕ ਬੱਚੇ ਨੂੰ ਜ਼ਬਰਨ ਆਪਣੀ ਗੱਡੀ 'ਚ ਸੁੱਟਿਆ ਤੇ ਦੂਜੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਦੂਜਾ ਬੱਚਾ ਸ਼ੋਰ ਮਚਾਉਣ ਲੱਗਾ ਤੇ ਇੱਕ ਘਰ ਦੇ ਵਿੱਚ ਜਾ ਵੜਿਆ ਅਤੇ ਜਿਸ ਬੱਚੇ ਨੂੰ ਕਿਡਨੈਪਰਾਂ ਨੇ ਕਿਡਨੈਪ ਕੀਤਾ ਸੀ ਉਹ ਉਸ ਨੂੰ ਕੁਝ ਦੂਰੀ ਤੇ ਰਾਮ ਮੰਦਿਰ ਦੇ ਕੋਲ ਉਤਾਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਜਿਨ੍ਹਾਂ ਬੱਚਿਆਂ ਨੂੰ ਕਿਡਨੈਪਰ ਆਪਣਾ ਸ਼ਿਕਾਰ ਬਣਾਉਣ ਲੱਗੇ ਸੀ ਉਹਨਾਂ ਵਿੱਚੋਂ ਇੱਕ ਦੀ ਉਮਰ 11 ਸਾਲ ਦੀ ਸੀ ਤੇ ਇੱਕ ਲੜਕੇ ਦੀ ਉਮਰ 8 ਸਾਲ ਦੀ ਸੀ। ਜਿਸ ਬੱਚੇ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਗੱਡੀ ਦੇ ਵਿੱਚ 3 ਲੋਕ ਸਵਾਰ ਸਨ। ਹਾਲਾਂਕਿ ਰਾਤ ਦੇ ਹਨੇਰੇ ਦੇ ਕਾਰਨ ਕਾਰ ਦਾ ਨੰਬਰ ਸਾਫ਼ ਨਜ਼ਰ ਨਹੀਂ ਆਇਆ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਇਹ ਆਖਿਰ ਕਹਾਣੀ ਕੀ ਸੀ, ਕਿ ਇਹ ਕਿਡਨੈਪਿੰਗ ਸੀ ਜਾਂ ਕੋਈ ਆਪਸੀ ਰੰਜਿਸ਼ ਦੇ ਕਾਰਨ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਾਮਲਾ ਮੋਹਾਲੀ ਦੇ ਡੇਰਾ ਬੱਸੀ ਤੋਂ ਸਾਹਮਣੇ ਹੈ ਜਿੱਥੇ ਇਹਨਾਂ ਦੋ ਬੱਚਿਆਂ ਨੂੰ ਕਿਡਨੈਪਰਾਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਗਲੀ 'ਚ ਖੇਡਦੇ ਮਾਸੂਮ ਬੱਚਿਆਂ ਨੂੰ ਕਿਡਨੈਪਰਾਂ ਵੱਲੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਬੱਚਿਆਂ ਨੂੰ ਕਿਡਨੈਪ ਕਰਨ ਦੇ ਵਿੱਚ ਕਿਡਨੈਪਰ ਅਸਫਲ ਰਹੇ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਸਵਿਫਟ ਕਾਰ ਦੇ ਪਿੱਛੇ ਕੁਝ ਲੋਕ ਭੱਜਦੇ ਨਜ਼ਰ ਆ ਰਹੇ ਨੇ ਤੇ ਸਥਾਨਕ ਲੋਕਾਂ ਨੇ ਕਿਡਨੈਪਰਾਂ ਦੇ ਮਗਰ ਆਪਣੀ ਗੱਡੀ ਵੀ ਲਗਾਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸਫੇਦ ਕਲਰ ਦੀ ਸਵਿਫਟ ਕਾਰ 'ਚ ਕੁਝ ਅਣਪਛਾਤੇ ਲੋਕ ਆਏ। ਉਹਨਾਂ ਨੇ ਪਹਿਲਾਂ ਇੱਕ ਬੱਚੇ ਨੂੰ ਜ਼ਬਰਨ ਆਪਣੀ ਗੱਡੀ 'ਚ ਸੁੱਟਿਆ ਤੇ ਦੂਜੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਦੂਜਾ ਬੱਚਾ ਸ਼ੋਰ ਮਚਾਉਣ ਲੱਗਾ ਤੇ ਇੱਕ ਘਰ ਦੇ ਵਿੱਚ ਜਾ ਵੜਿਆ ਅਤੇ ਜਿਸ ਬੱਚੇ ਨੂੰ ਕਿਡਨੈਪਰਾਂ ਨੇ ਕਿਡਨੈਪ ਕੀਤਾ ਸੀ ਉਹ ਉਸ ਨੂੰ ਕੁਝ ਦੂਰੀ ਤੇ ਰਾਮ ਮੰਦਿਰ ਦੇ ਕੋਲ ਉਤਾਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਜਿਨ੍ਹਾਂ ਬੱਚਿਆਂ ਨੂੰ ਕਿਡਨੈਪਰ ਆਪਣਾ ਸ਼ਿਕਾਰ ਬਣਾਉਣ ਲੱਗੇ ਸੀ ਉਹਨਾਂ ਵਿੱਚੋਂ ਇੱਕ ਦੀ ਉਮਰ 11 ਸਾਲ ਦੀ ਸੀ ਤੇ ਇੱਕ ਲੜਕੇ ਦੀ ਉਮਰ 8 ਸਾਲ ਦੀ ਸੀ। ਜਿਸ ਬੱਚੇ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਗੱਡੀ ਦੇ ਵਿੱਚ 3 ਲੋਕ ਸਵਾਰ ਸਨ। ਹਾਲਾਂਕਿ ਰਾਤ ਦੇ ਹਨੇਰੇ ਦੇ ਕਾਰਨ ਕਾਰ ਦਾ ਨੰਬਰ ਸਾਫ਼ ਨਜ਼ਰ ਨਹੀਂ ਆਇਆ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਾ ਦੀ ਜਾਂਚ ਕਰ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਇਹ ਆਖਿਰ ਕਹਾਣੀ ਕੀ ਸੀ, ਕਿ ਇਹ ਕਿਡਨੈਪਿੰਗ ਸੀ ਜਾਂ ਕੋਈ ਆਪਸੀ ਰੰਜਿਸ਼ ਦੇ ਕਾਰਨ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਾਮਲਾ ਮੋਹਾਲੀ ਦੇ ਡੇਰਾ ਬੱਸੀ ਤੋਂ ਸਾਹਮਣੇ ਹੈ ਜਿੱਥੇ ਇਹਨਾਂ ਦੋ ਬੱਚਿਆਂ ਨੂੰ ਕਿਡਨੈਪਰਾਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਗਲੀ 'ਚ ਖੇਡਦੇ ਮਾਸੂਮ ਬੱਚਿਆਂ ਨੂੰ ਕਿਡਨੈਪਰਾਂ ਵੱਲੋਂ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਬੱਚਿਆਂ ਨੂੰ ਕਿਡਨੈਪ ਕਰਨ ਦੇ ਵਿੱਚ ਕਿਡਨੈਪਰ ਅਸਫਲ ਰਹੇ, ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਸਵਿਫਟ ਕਾਰ ਦੇ ਪਿੱਛੇ ਕੁਝ ਲੋਕ ਭੱਜਦੇ ਨਜ਼ਰ ਆ ਰਹੇ ਨੇ ਤੇ ਸਥਾਨਕ ਲੋਕਾਂ ਨੇ ਕਿਡਨੈਪਰਾਂ ਦੇ ਮਗਰ ਆਪਣੀ ਗੱਡੀ ਵੀ ਲਗਾਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸਫੇਦ ਕਲਰ ਦੀ ਸਵਿਫਟ ਕਾਰ 'ਚ ਕੁਝ ਅਣਪਛਾਤੇ ਲੋਕ ਆਏ। ਉਹਨਾਂ ਨੇ ਪਹਿਲਾਂ ਇੱਕ ਬੱਚੇ ਨੂੰ ਜ਼ਬਰਨ ਆਪਣੀ ਗੱਡੀ 'ਚ ਸੁੱਟਿਆ ਤੇ ਦੂਜੇ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਦੂਜਾ ਬੱਚਾ ਸ਼ੋਰ ਮਚਾਉਣ ਲੱਗਾ ਤੇ ਇੱਕ ਘਰ ਦੇ ਵਿੱਚ ਜਾ ਵੜਿਆ ਅਤੇ ਜਿਸ ਬੱਚੇ ਨੂੰ ਕਿਡਨੈਪਰਾਂ ਨੇ ਕਿਡਨੈਪ ਕੀਤਾ ਸੀ ਉਹ ਉਸ ਨੂੰ ਕੁਝ ਦੂਰੀ ਤੇ ਰਾਮ ਮੰਦਿਰ ਦੇ ਕੋਲ ਉਤਾਰ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਜਿਨ੍ਹਾਂ ਬੱਚਿਆਂ ਨੂੰ ਕਿਡਨੈਪਰ ਆਪਣਾ ਸ਼ਿਕਾਰ ਬਣਾਉਣ ਲੱਗੇ ਸੀ ਉਹਨਾਂ ਵਿੱਚੋਂ ਇੱਕ ਦੀ ਉਮਰ 11 ਸਾਲ ਦੀ ਸੀ ਤੇ ਇੱਕ ਲੜਕੇ ਦੀ ਉਮਰ 8 ਸਾਲ ਦੀ ਸੀ। ਜਿਸ ਬੱਚੇ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਗੱਡੀ ਦੇ ਵਿੱਚ 3 ਲੋਕ ਸਵਾਰ ਸਨ। ਹਾਲਾਂਕਿ ਰਾਤ ਦੇ ਹਨੇਰੇ ਦੇ ਕਾਰਨ ਕਾਰ ਦਾ ਨੰਬਰ ਸਾਫ਼ ਨਜ਼ਰ ਨਹੀਂ ਆਇਆ। ਫਿਲਹਾਲ ਪੁਲਿਸ
ਸੀਸੀਟੀਵੀ ਕੈਮਰਾ ਦੀ ਜਾਂਚ ਕਰ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਇਹ ਆਖਿਰ ਕਹਾਣੀ ਕੀ ਸੀ, ਕਿ ਇਹ ਕਿਡਨੈਪਿੰਗ ਸੀ ਜਾਂ ਕੋਈ ਆਪਸੀ ਰੰਜਿਸ਼ ਦੇ ਕਾਰਨ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਮਾਮਲਾ ਮੋਹਾਲੀ ਦੇ ਡੇਰਾ ਬੱਸੀ ਤੋਂ ਸਾਹਮਣੇ ਹੈ, ਜਿੱਥੇ ਇਹਨਾਂ ਦੋ ਬੱਚਿਆਂ ਨੂੰ ਕਿਡਨੈਪਰਾਂ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ।